ਹਾਂਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਦਾ ਬਹੁਤ ਸਵਾਗਤ ਕਰਦੇ ਹਾਂ ਆਪਣੇ YouTube ਚੈਨਲ ਦੇ ਉੱਪਰ ਅੱਜ ਵੀਡੀਓ ਲੈ ਕੇ ਆਇਆ ਜੀ ਪਰਨੇ ਦੀ ਸੋ ਪਹਿਲਾਂ ਤਾਂ ਇਹ ਸਟਾਰਟਿੰਗ ਜੀ ਕਲੀਅਰ ਕਰਦਾ ਇਹ ਮਤਲਬ ਫ੍ਰੀ ਸਟਾਈਲ ਪਰਨਾ ਤੇ ਫ੍ਰੀ ਹੈਂਡ ਆ ਫ੍ਰੀ ਹੈਂਡ ਕਰਨ ਤੋਂ ਬਾਅਦ ਵੀ ਸਿੱਧਾ ਲੜ ਲਾਉਂਗਾ ਬਿਲਕੁਲ ਜਿਦਾ ਮੜਾ ਸੈਟ ਹੈਪ ਸਿੱਧੀ ਸ਼ੇਪ ਵਾਲਾ ਪਰਨਾ ਤੇ ਇਹਦੇ ਥੱਲੇ ਮੈਂ 베ਸ ਰੱਖੂੰ ਹੁਣ ਇਹ ਦਾ ਪਰਨੇ ਦਾ ਲੰਕੇ ਨਹੀਂ ਹੈਗਾ ਕਿ ਆਪਾਂ 2 ਮਿੰਟ ਚ ਬਨ ਕੇ ਤੇ ਚਲੇ ਗਏ ਤੇ ਉਹ ਮਤਲਬ ਕੈਜੂਅਲ ਜਿਹਾ ਪਰਣਾ ਨਹੀਂ ਹੈਗਾ ਇਹ ਤੁਸੀਂ ਕਿਸੇ ਵੀ ਆਊਟਫਿਟ ਨਾਲ ਬਾਹਰ ਅੰਦਰ ਜਾਣ ਲਈ ਵੀ ਬਨ ਸਕਦੇ ਹੋ ਤੇ ਪਰਨੇ ਦੀ ਸ਼ੇਪ ਜਿਹੜੀ ਥੋੜੀ ਜੀ ਗੋਲ ਤੇ ਰਾਇਲ ਲਿਆਉਣ ਦੇ ਲਈ ਮੈਂ ਫੇਸ ਵਰਤਿਆ ਜਿਹੜਾ ਕਿ ਮੈਂ ਡੇਲੀ ਰੁਟੀਨ ਚ ਵਰਤਦਾ ਹੀ ਆਂ ਉੱਪਰ ਜੁੜਾ ਕੀਤਾ ਬਿਲਕੁਲ ਢਿੱਲਾ ਤੇ ਇੱਕ ਕਪੜਾ ਲਿਆ ਮੇਰੇ ਕੋਲ ਜਿਹੜੇ ਆਪਾਂ ਨੂੰ ਆਪਣੇ ਘਰ ਦਾ ਵਿੱਚ ਸਰੋਪੇ ਹੁੰਦੇ ਆ 1.5 ਤੋਂ 2 ਮੀਟਰ ਲੈਂਥ ਦਾ ਸਰੂਪਾ ਸੀਗਾ ਉਹਨੂੰ ਲੰਬੇ ਲੋਡ ਕੱਟ ਲਿਆ ਜਾਣੀ ਉਹਦੀ ਚੜਾਈ ਹਾਫ ਕਰ ਲਈ ਤੇ ਉਹਨੂੰ ਅੱਗੋਂ ਤੋਂ ਦੋ ਵਾਰ ਮੋੜਿਆ ਮੋੜ ਕੇ ਉਹ ਸਾਈਡ ਤੇ ਜਿੱਥੇ ਗਲਾਈ ਕਰਨ ਨੂੰ ਉੱਥੇ ਲਾ ਲਿਆ ਤੇ ਸਾਈਡ ਤੇ ਇੱਕ ਛੋਟਾ ਜਿਹਾ ਕੱਪੜਾ ਹੋਰ ਲਾਇਆ ਕਿ ਦੋਨਾਂ ਸਾਈਡਾਂ ਤੋਂ ਜਿਹੜਾ ਬੇਸ ਆ ਉਹ ਬਰਾਬਰ ਰਹੇ ਉਸ ਤੋਂ ਬਾਅਦ ਆਪਣੇ ਜਿਹੜੇ ਕੇਸ ਨੇ ਅੰਦਰ ਕਰ ਲੈਣੇ ਆ ਮੇਨ ਚੀਜ਼ ਜਿਹੜੀ ਪਰਨੇ ਦੀ ਜਾਂ ਪੱਗ ਦੀ ਆਪਾਂ ਸ਼ੇਪ ਬਣਾਉਣੀ ਆ ਨਾ ਬੇਸ ਤਾਂ ਕਾਫੀ ਚੀਜ਼ ਜਿਹਦੇ ਤੇ ਡਿਪੈਂਡ ਕਰਦਾ ਜੇ ਤਾਂ ਕਈ ਵੀਰਾਂ ਦਾ ਹੱਥ ਨਹੀਂ ਟਿਕਿਆ ਹੁੰਦਾ ਤੇ ਥੱਲੇ ਬੇਸ ਵਧੀਆ ਬਣਿਆ ਹੁੰਦਾ ਤੇ ਪੱਗ ਦੀ ਆਟੋਮੈਟਿਕਲੀ ਲੁੱਕ ਜਿਹੜੀ ਬਹੁਤ ਵਧੀਆ ਆ ਜਾਂਦੀ ਹੈ ਸ਼ੇਪ ਤੇ ਇਹ ਪਰਨਾ ਮੈਂ 4 ਮੀਟਰ ਦਾ ਬਣਿਆ 4 ਮੀਟਰ ਸਿੰਗਲ ਤੇ ਕੱਪੜਾ ਰੂਬੀ ਵਾਲ ਦਾ ਸੋ ਇਹ ਸਾਰੇ ਫੈਕਟਰ ਤੁਹਾਨੂੰ ਹੁਣ ਸਮਝ ਆ ਗਏ ਹੋਣਗੇ ਇੱਕ ਤਾਂ ਬੇਸ ਆ ਗਿਆ ਸ਼ੇਪ ਬਣਾਉਣ ਨੂੰ ਕੱਪੜਾ ਰੂਬੀ ਆ ਗਿਆ ਤੇ ਲੈਂਥ 4 ਮੀਟਰ ਆ ਗਈ ਥੋੜਾ ਵੱਡਾ ਬਣਨ ਨੂੰ ਫੁੱਲ ਵਾਲ ਕਿਉਂਕਿ ਕੱਪੜਾ ਹੁੰਦਾ ਪਤਲਾ ਤੇ ਸ਼ੇਪ ਉਹਦੀ ਇੰਨੀ ਫਲਮ ਹੀ ਨਹੀਂ ਬਣਦੀ। ਸੋ ਰੂਵੀਆ ਕਪੜਾ ਇਸ ਕਰਕੇ ਮੈਂ ਵਰਤੇ ਆ। ਲੜ ਨੂੰ ਬਿਲਕੁਲ ਕੋਨੇ ਤੋਂ ਫੜ ਕੇ ਇੱਕ ਸਾਈਡ ਨੂੰ ਮੋੜ ਕੇ ਆਪਾਂ ਪੋਣੀ ਬਣਾ ਲੈਣੀ ਆ ਲੜ ਦੀ ਸਿਰ ਪਹਿਲਾਂ ਕਵਰ ਕਰ ਲੈਣਾ। ਤੇ ਧਿਆਨ ਚ ਰਹੇ ਪੋਣੀ ਮੈਂ ਪਹਿਲਾਂ ਨਹੀਂ ਕੀਤੀ ਸੀ ਨਾਲੋਂ ਨਾਲ ਕੀਤੀ ਆ। ਸੈਂਟਰ ਚੋਂ ਲੜ ਨਹੀਂ ਲੈਣਾ। ਲੜ ਥੋੜਾ ਜਿਹਾ ਟੇਡਾ ਰੱਖਣਾ। ਸੈਂਟਰ ਚ ਰੱਖਾਂਗੇ। ਫਿਰ ਆਪਣਾ ਕੀ ਹੋਣਾ ਜਿੱਥੇ ਜਿਹੜਾ ਆਪਾਂ ਬੇਸ ਬਣਿਆ ਉਹਦੀ 50 ਬਣ ਜਾਣੀ ਆ। ਪੱਗ ਟੇਪੜ ਥੋੜਾ ਜਿਹਾ ਟੇਡਾ ਰੱਖਣਾ। ਬਿਲਕੁਲ ਫ੍ਰੀ ਹੈਂਡ ਚੱਲਣਾ। ਇੱਕ ਲੜ ਲਾ ਲਿਆ ਉਸ ਤੋਂ ਬਾਅਦ ਅੱਗਾ ਜਿਹੜਾ ਲੜ ਲਾਉਣਾ ਉਹਨੂੰ ਖੋਲ ਕੇ ਦੋਨਾਂ ਸਾਈਡਾਂ ਤੋਂ ਉੱਪਰ ਨੂੰ ਮੋੜਨਾ ਥੱਲੇ ਹੇ ਉੱਪਰ ਉੱਪਰੋਂ ਥੱਲੇ ਉਸ ਤੋਂ ਬਾਅਦ ਜਿਹੜਾ ਪਹਿਲਾਂ ਲੜ ਰੱਖਿਆ ਬਿਲਕੁਲ ਉਹਦੇ ਉੱਪਰ ਰੱਖ ਲੈਣਾ ਉਪਰਲੇ ਪਾਸੇ ਹਲਕਾ ਜਿਹਾ ਸੱਤ ਮਾਰਨਾ ਉਸ ਤੋਂ ਬਾਅਦ ਸੈਂਟਰ ਤੋਂ ਇੱਕ ਵਾਰ ਅੰਗੂਠਾ ਲਾਉਣਾ ਬਸ ਉਹ ਵੀ ਤਾਂ ਕਿ ਆਪਣਾ ਜਿਹੜਾ ਲਾੜਾ ਉਹ ਟਿਕ ਜਵੇ ਅੱਗੋਂ ਫਿਰ ਜਿੱਦਾਂ ਕਿ ਸਿੰਗਲ ਪੱਗ ਹੋਵੇ ਚਾਹੇ ਪੜਨਾ ਹੋਵੇ ਉਹਦੇ ਵਾਲ ਬਹੁਤ ਛੇਤੀ ਤੇ ਜਲਦੀ ਪੈਂਦੇ ਆ ਤੇ ਵਧੀਆ ਪੈਂਦੇ ਆ ਇਹ ਕੱਪੜਾ ਪਹਿਲਾਂ ਹੀ ਇਕੱਠਾ ਹੋਇਆ ਹੁੰਦਾ ਸੋ ਇਹਦੇ ਵਿੱਚ ਜ਼ਿਆਦਾ ਬਲ ਬਣਾਉਣ ਦੀ ਆਪਾਂ ਲੋੜ ਨਹੀਂ ਹੁੰਦੀ ਸੋ ਦੇਖੋ ਹੁਣ ਸਿੰਗਲ ਦੇ ਵਿੱਚ ਤਿੰਨ ਲੜ ਲਾਏ ਨੇ ਤਿੰਨ ਲੜਾਂ ਦੇ ਸ਼ੇਪ ਖੜਨ ਲੱਗ ਗਈ ਸਾਈਡ ਤੋਂ ਗਲਾਈ 'ਚ ਸੋ ਆਪ ਬੇਸ ਕਰ ਕੀਆ ਸੋ ਜਿਹੜੀ ਮੈਂ ਸਟਾਰਟਿੰਗ 'ਚ ਗੱਲ ਦੱਸੀ ਸੀਗੀ ਕਿ ਸ਼ੇਪ ਬਣਾਉਣ ਲਈ ਆਪਾਂ ਜਿਹੜਾ ਇਹ ਬੇਸ ਵਰਤਿਆ ਤੇ ਹੁਣ ਤੁਹਾਨੂੰ ਸਮਝ ਲੱਗ ਗਈ ਹੋਗੀ ਤੇ ਸਿਰ ਆਪ ਪਹਿਲਾਂ ਹੀ ਕਵਰ ਕੀਤਾ ਸੀਗਾ ਤੇ ਸਾਈਡ ਤੋਂ ਜਿਹੜਾ ਲੜ ਰਹਿ ਗਿਆ ਸੀ ਖਿੱਚ ਕੇ ਉਹ ਵੀ ਕਵਰ ਕਰਤਾ ਅੱਗੋਂ ਫੇਰ ਥੱਲੋਂ ਉੱਪਰ ਨੂੰ ਮਾਉਣ ਨਾਲ ਲੜ ਉੱਪਰੋਂ ਥੱਲਿਆਂ ਨੂੰ ਜਿਹੜੇ ਪਹਿਲਾਂ ਦੋ ਲੜ ਲਾਏ ਨੇ ਉਹਨਾਂ ਤੋਂ ਥਲੇ ਰੱਖਣਾ ਸੋ ਜਿਹੜੇ ਵੀਡੀਓ ਦੇਖਣਗੇ ਵੀਡੀਓ ਦੇਖ ਕੇ ਇਹ ਨਾ ਕਿਓ ਕਿ ਪਰਣਾ ਸਾਨੂੰ ਚਾਹੀਦਾ ਹੁੰਦਾ ਕਿ ਹਾਂ ਅਸੀਂ 2 ਮਿੰਟ ਚ ਬੰਨੀ ਹੈ ਤੇ ਘਰ ਦੇ ਕੰਮ ਇਹ ਉਹ ਟਾਈਪ ਦਾ ਪਰਣਾ ਹੈ ਨਹੀਂਗਾ ਕਿ ਆਪਾਂ ਹਨਾ ਖੇਤ ਜਾਣਾ ਪੱਠੇ ਵਢਣ ਠੀਕ ਆ ਪੱਠਿਆਂ ਦੀ ਪੰਡ ਵੀ ਚੱਕਣੀ ਆ ਸੋ ਇਹ ਕੈਜੂਅਲ ਵਰਕ ਜਿਵੇਂ ਆਪਾਂ ਘਰੇ ਉਹਦੇ ਲਈ ਨਹੀਂ ਹੈਗਾ ਇਹ ਥੋੜਾ ਜਿਵੇਂ ਪੱਗ ਟਾਈ ਪਰਣਾ ਆ ਜਾਂਦਾ ਫ੍ਰੀ ਹੈਂਡ ਤੇ ਫ੍ਰੀ ਸਟਾਈਲ ਦੋਨਾਂ ਸਾਈਡਾਂ ਦੇ ਬਲ ਆਉਣਗੇ ਕਿਉਂ ਪੂਣੀ ਆਪਾਂ ਕੀਤੀ ਹੈ ਨਹੀਂ ਉੱਪਰ ਉੱਪਰਲੇ ਲੜਾਂ ਜੀ ਥੋੜੇ ਜੇ ਬਲ ਹੋਣਗੇ ਤੇ ਇਹ ਸਾਈਡ ਦੇ ਵਿੱਚ ਤੁਹਾਨੂੰ ਜਿਹੜੇ ਨਜ਼ਰ ਆ ਹੀ ਰਹੇ ਨੇ ਸੋ ਪਹਿਲਾਂ ਮੈਂ ਜਿਹੜੇ ਪਰਨੇ ਦੀ ਵੀਡੀਓ ਪਾਈਆਂ ਹੋਈਆਂ ਨੇ ਮੈਂ ਆਪਣੀ ਰੁਟੀਨ ਦੇ ਵਿੱਚ ਉਹ ਬੰਦਾ ਸੀਗਾ ਸੋ ਹੁਣ ਜਿੱਦਾਂ ਆ ਸਿਆਲ ਜਿਹੜਾ ਕਿ ਖਤਮ ਹੋਇਆ ਫਰਵਰੀ ਮਾਰਚ ਤੋਂ ਮੈਂ ਇਹ ਵਾਲਾ ਸਿਆਲ ਸ਼ੁਰੂ ਕੀਤਾ ਤੇ ਪੂਰਾ ਉੱਪਰ ਤੱਕ ਕਮਾ ਦੇਣਾ ਪਰਨਾ ਜਿਨੇ ਆਪਣਾ ਇੱਕ ਲੜ ਰਹਿ ਗਿਆ ਤੇ ਆਪਣਾ ਬੇਸ ਵਾਲਾ ਏਰੀਆ ਮੁੱਕ ਗਿਆ ਉਦੋਂ ਬਾਅਦ ਅਗਲਾ ਲੜ ਬਿਲਕੁਲ ਉੱਪਰੋਂ ਦੀ ਨਾਲ ਲਾ ਕੇ ਜਿਵੇਂ ਜਸੜ ਸਟਾਈਲ ਬੜਾ ਵਾਲੀ ਪੱਗ ਚਲਾਉਣੀ ਹੈ ਨਾ ਉੱਪਰੋਂ ਲੜਾ ਐ ਦੱਬ ਕੇ ਨਾਲ ਲਾ ਦੇਣਾ ਉਹਦੇ ਨਾਲ ਕੀ ਹੋਊਗੀ ਉੱਪਰੋਂ ਸ਼ੇਪ ਬਿਲਕੁਲ ਨਾਲ ਲੱਗ ਜੂਗੀ ਤੇ ਜਿਹੜੀ ਸੈਂਟਰ ਵਾਲਾ ਪਾਰਟ ਆ ਉਹ ਹੋਰ ਗੋਲ ਹੋ ਜੂਗੀ ਹੋਰ ਸੋਹਣੀ ਲੱਗੂ ਥੋੜੀ ਸ਼ੇਪ ਪ੍ਰੋਫਾਈਲ ਜੀ ਲੱਗਦੀ ਆ ਤੇ ਦਾੜੀ ਥੋੜੀ ਭਰਮੀ ਹੋਵੇ ਹਨਾ ਮੱਛਾਂ ਵਗੈਰਾ ਹੋਣ ਤਾਂ ਸੋਹਣਾ ਬਹੁਤ ਲੱਗਦਾ ਚਾਹੇ ਤੁਸੀਂ ਕੁੜਤੇ ਪਿਆਵੇਂ ਨਾ ਬੋਨੀਓ ਟੀ-ਸ਼ਰਟ ਨਾ ਪਾਉਣੇ ਸ਼ਰਟ ਨਾ ਪਾਉਣੇ ਸੋ ਆ ਉਹਨਾ ਆਪਣਾ ਲਾਸਟ ਲੜ ਪਹਿਲਾਂ ਤੇ ਮੈਂ ਇਹ ਦੋਨੇ ਲੜ ਲਾ ਕੇ ਦਿਖਾਉਣੇ ਸੀਗੇ ਮੋੜ ਕੇ ਵੀ ਤੇ ਸਿੱਧਾ ਵੀ ਪਰ ਆਪਾਂ ਵੀਡੀਓ ਦਾ ਟਾਈਟਲ ਇਹ ਰੱਖਿਆ ਕਿ ਫ੍ਰੀ ਸਟਾਈਲ ਪਹਿਲਾਂ ਬੋਲ ਕੇ ਵੀ ਉਹੀ ਕਿਹਾ ਮੈਂ ਫੇਰ ਮੈਂ ਵੀ ਪਹਿਲਾਂ ਕਾਫੀ ਵੀਡੀਓ ਦੋਨੇ ਤਰੀਕੇ ਦੱਸੇ ਹੋਏ ਨੇ ਸੋ ਇਹ ਮੈਂ ਸਿੱਧਾ ਹੀ ਲਾਉ ਇਹਦੇ ਵਿੱਚ ਕਰਨਾ ਕੁਝ ਨਹੀਂ ਬਸ ਸਿੱਧਾ ਲੜ ਬਿਲਕੁਲ ਜਿਵੇਂ ਹੈਗਾ ਵਾਲਾਂ ਨੂੰ ਸੈੱਟ ਕਰਨਾ ਸੈੱਟ ਕਰਨ ਦਾ ਭਾਵ ਸਾਫ਼ ਨਹੀਂ ਕਰਨੇ ਬਸ ਵਾਲ ਥੋੜੇ ਹੋਰ ਸਿੱਧੇ ਹੀ ਕਰਨੇ ਆ ਤੇ ਕਪੜਾ ਜਿਹੜਾ ਬਾਕੀ ਉੱਪਰ ਹੈਗਾ ਸਿਰ ਦੇ ਉੱਪਰ ਇਹ ਸਿਰ ਦੇ ਉੱਪਰ ਇਹ ਸਿਰ ਦੇ ਉੱਪਰ ਇਹ ਸਿਰ ਦੇ ਉੱਪਰ ਸੋ ਇਹ ਤੁਹਾਡੇ ਸਾਹਮਣੇ ਹੈ ਜੀ ਇੰਨੀ ਕੀ ਸ਼ੇਪ ਬਣੂਗੀ ਸਿੰਗਲ ਪਰਨੇ ਦੀ ਤੇ ਬਲ ਵੀ ਚਾਹੇ ਤੁਸੀਂ ਇਹਨੂੰ ਛੋਟੀ ਪੱਗ ਪੱਗ ਹੀ ਮੰਨ ਸਕਦੇ ਹੋ ਜਿਵੇਂ ਆਪਾਂ ਪੰਜ ਲੜਾਂ ਵਾਲੀ ਪੱਗ ਬੰਨਦੇ ਆ ਉਹਦੀ ਵੀ ਇੰਨੀ ਕੀ ਸ਼ੇਪ ਬਣਦੀ ਆ ਸੋ ਕਪੜਾ ਰੂਵੀਆ ਦਾ ਭਾਰਾ ਹੁੰਦਾ ਇਸ ਕਰਕੇ ਕੋਸ਼ਿਸ਼ ਕਰ ਲੈ ਕਰੋ ਜੇ ਕਿ ਤੁਸੀਂ ਪੱਗ ਫਲਵਲ ਬੰਨਦੇ ਹੋ ਤਾਂ ਪਰਨਾ ਰੂਵੀਆ ਬਣ ਸਕਦੇ ਹੋ ਕਿਉਂ ਸ਼ੇਪ ਸ਼ੂਬ ਵਧੀਆ ਬਣ ਜਾਂਦੀ ਆ ਤੇ ਥੋੜਾ ਭਾਰੀ ਕੱਪੜਾ ਹੁੰਦਾ ਤੇ ਸਿਰ ਤੇ ਉੱਤੇ ਵੀ ਵਧੀਆ ਰਹਿੰਦਾ ਸ਼ੇਪ ਵਧੀਆ ਬਣ ਜਾਂਦੀ ਆ ਸੋਏ ਸੀਗੀ ਵੀਡੀਓ ਅੱਜ ਦੀ ਬਟਾ ਵਾਲੇ ਪਰਨੇ ਦੀ ਸਿੱਧੇ ਲੜਦੀ ਵੀਡੀਓ ਕਿੱਦਾਂ ਲੱਗੀ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਦਿਓ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ